वाहेगुरु जी का खालसा, वाहेगुरु जी की फतेह। असी भोपाल जा रहे हाँ आगरे तू, ते राज एमपी आया है ग्वालियर तू। 103 किलोमीटर दूर शिवपुरी इलाका है, गुरुद्वारा साहब आया पडोर। कंटिन्यू ऑन नेशनल हाईवे 27 फॉर 1.5 किलोमीटर्स। हुण तुहानू गुरुद्वारा साहब दे दर्शन कराने आ, ते संगत भी काफी जुड़ी है इत्थे, ते नाले लंगर पानी छक लैने आ, ता ही फिर अगे दे चाले पाए जाणगे भोपाल वल दे। ਗੁਰਦੁਆਰਾ ਸਾਹਿਬ ਦੇ ਅੰਦਰ ਦਾ ਦ੍ਰਿਸ਼ ਹੈ, ਅਤੇ ਬਾਹਰ ਇੱਕਦਮ ਖੁੱਲ੍ਹਾ, ਘੱਟ ਤੋਂ ਘੱਟ 5-6 ਕਿੱਲਿਆਂ ਦੇ ਵਿੱਚ ਗੁਰਦੁਆਰਾ ਹੈ। ਸਿੱਖ ਰਹਿੰਦੇ ਨੇ ਅਤੇ ਸਾਰੇ ਸਾਰੇ ਇੱਦਾਂ ਲੱਗਦਾ ਪੰਜਾਬ 'ਚ ਆ ਗਏ ਇਕੱਠੇ ਹੋਏ ਸੀ। ਉਹ ਕਾਫੀ ਪਿੱਛੇ ਸਰੋਵਰ ਬਣਾਇਆ ਅਤੇ ਸਰੋਵਰ ਦੀ ਅਰਦਾਸ ਚੱਲ ਰਹੀ ਸੀ, ਅਤੇ ਇਹ ਜਿੰਨੇ ਲੋਕਲ ਹੈ ਇੱਥੇ ਦੇ, ਉਹ ਕਾਫੀ ਖੁੱਲ੍ਹਾ ਗੁਰਦੁਆਰਾ ਹੈ। ਔਰ ਨਿਸ਼ਾਨ ਸਾਹਿਬ ਹੈ, ਕਾਫੀ ਮਤਲਬ ਵਧੀਆ ਲੱਗਿਆ, ਪੰਜਾਬ ਵਾਲੀ ਫੀਲਿੰਗ ਆਈ ਐਮ ਪੀ ਦੇ ਵਿੱਚ। ਅਤੇ ਇੱਕ ਹੈ ਗੁਰਦੁਆਰਾ ਸਾਹਿਬ ਸੀ, ਸਾਹਿਬ ਪਾਤਸ਼ਾਹ ਦੱਸੂ ਵੀ ਹੋਰ ਰਾਜਗੜ੍ਹ ਕਾਰ ਸੇਵਾ ਸ਼੍ਰੀ ਲੱਗਦਾ।